ਹੈਲੋ एवरीवन ਵੈਲਕਮ ਟੂ ਦ ਸੈਸ਼ਨ ਅੱਜ ਦੀ ਕਲਾਸ ਇੰਗਲਿਸ਼ ਟੂ ਇੰਪਰੂਵ ਕਰਨ ਲਈ ਮੈਂ ਨਵਾਂ ਤੇ ਇੰਟਰਸਟਿੰਗ ਟੌਪਿਕ ਲੈ ਕੇ ਆਈਆਂ ਜੋ ਕਿ ਹੈਗਾ ਮਾਸਟਰਿੰਗ ਫਾਰਮਲ ਐਂਡ ਇਨਫਾਰਮਲ ਇੰਗਲਿਸ਼ ਫਾਰਮਲ ਇੰਗਲਿਸ਼ ਉਹ ਹੁੰਦੀ ਹੈ ਜੋ ਆਪਾਂ ਬਿਜ਼ਨਸ ਦੇ ਵਿੱਚ ਕੰਮ ਕਾਜ ਦੇ ਵਿੱਚ ਯੂਜ਼ ਕਰਦੇ ਹਾਂ ਕਲੀਗਸ ਨਾਲ ਯੂਜ਼ ਕਰਦੇ ਹਾਂ ਆਫਿਸ ਵਿੱਚ ਯੂਜ਼ ਕਰਦੇ ਹਾਂ ਤੇ ਇਨਫਾਰਮਲ ਉਹ ਵਾਲੀ ਇੰਗਲਿਸ਼ ਹੁੰਦੀ ਹੈ ਜਿਹੜੀ ਆਪਾਂ ਘਰ ਦੇ ਵਿੱਚ ਰਿਸ਼ਤੇਦਾਰਾਂ ਫਰੈਂਡਸ ਨਾਲ ਯੂਜ਼ ਕਰਦੇ ਹਾਂ ਤੇ ਮੈਂ ਫਾਰਮਲ ਤੇ ਇਨਫਾਰਮਲ ਵਿੱਚ ਕੁਝ ਵਰਡਸ ਲਿਖੇ ਨੇ ਚਲੋ ਸਿੱਖਦੇ ਹਾਂ ਜਿਵੇਂ ਆਈਡੀਆ ਉਨੂੰ ਆਪਾਂ ਕਹਿੰਦੇ ਆ ਨੋਸ਼ਨ ਵਿਚਾਰ ਧਾਰਨਾ ਹਰਟ ਦਾ ਮਤਲਬ ਡੈਮੇਜ ਨੁਕਸਾਨ ਵਾਂਟ ਨੂੰ ਆਪਾਂ ਕਹਿ ਸਕਦੇ ਆ ਡਿਜ਼ਾਇਰ ਇੱਛਾ ਰੱਖਣਾ ਸੀਮ ਦਾ ਮਤਲਬ ਅਪੀਅਰ ਹੋਣਾ ਐਦਾਂ ਦਾ ਦਿਸਣਾ ਬਿਲਡ ਨੂੰ ਆਪਾਂ ਕਹਿ ਸਕਦੇ ਆ ਕੰਸਟਰਕਟ ਕਰਨਾ ਉਸਾਰਨਾ ਜਿਵੇਂ ਬਿਲਡਿੰਗ ਕੰਸਟਰਕਟ ਹੁੰਦੀ ਆ ਰਾਉਂਡ ਨੂੰ ਕਹਿੰਦੇ ਆ ਸਰਕੂਲਰ ਵਰਸ ਦਾ ਮਤਲਬ ਆਪਾਂ ਕਹਿ ਸਕਦੇ ਆ ਇਨਫੀਰੀਅਰ ਬਹੁਤ ਹੀ ਘਟੀਆ ਏਮਟੀ ਦੀ ਥਾਂ ਤੇ ਆਪਾਂ ਕਹਿ ਸਕਦੇ ਆ ਖਾਲੀ ਤੇ اسی ਕੇ ਅੱਜ ਦੇ ਬਰਥਸ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂਕਿ ਮੈਂ ਹੋਰ ਇਹੋ ਜਿਹੇ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਬਾਏ ਬਾਏ